ਤਲਵੰਡੀ ਸਾਬੋ ਦੇ ਪਿੰਡ ਮਾਹੀ ਨੰਗਲ ਦੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਇਕ ਨੌਜਵਾਨ ਬਲਵਿੰਦਰ ਸਿੰਘ ਦੀ ਰਜਵਾਹੇ ਦੇ ਕੋਲੋਂ ਲਾਸ਼ ਮਿਲੀ। ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਹੀ ਨਹੀਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬਲਵਿੰਦਰ ਸਿੰਘ ਦਾ ਕਤਲ ਹੋਣ ਦਾ ਸ਼ੱਕ ਜਤਾਇਆ। ਜਦੋਂ ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸਦਾ ਕਹਿਣਾ ਸੀ ਕਿ ਬਲਵਿੰਦਰ ਸਿੰਘ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਸ਼ਾਮ ਨੂੰ 6 ਵਜੇ ਉਸਦੇ ਭਰਾ ਦੇ ਦੋਸਤ ਨੇ ਬਲਵਿੰਦਰ ਸਿੰਘ ਨੂੰ ਘਰੋਂ ਬੁਲਾ ਲਿਆ ਤੇ ਜਿਸ ਦੀ ਲਾਸ਼ ਉਨ੍ਹਾਂ ਨੂੰ ਅਗਲੇ ਦਿਨ ਪਿੰਡ ਰਜਵਾਹੇ ਦੇ ਵਿਚ ਮਿਲੀ ਹੈ। ਮੇਰੇ ਭਰਾ ਦਾ ਕਤਲ ਹੋਇਆ ਜੀ। ਮੇਰੇ ਭਰਾ ਨੂੰ ਅਸੀਂ ਸਵੇਰ ਸਾਡੇ ਪਿੰਡ ਦੇ ਬੰਦਿਆਂ ਨੇ ਸੂਝਵਾਰਾਂ ਨੇ ਸਲਾਹ ਕੀਤੀ ਤੁਹਾਡੇ ਭਰਾ ਦੀ ਡੈਡ ਬੋਡੀ ਇੱਥੇ ਪਈ ਹੈ ਜੀ। ਉੱਥੇ ਸਾਰੇ ਪਿੰਡ ਗਿਆ ਜੀ। ਉੱਥੇ ਗੁੰਮਰਾਹ ਕੀਤਾ ਗਿਆ ਸੀ। ਚਿੱਟੇ ਦਾ ਟੀਕਾ ਉਹਦੇ ਹੀ ਪਾ ਰੱਖਿਆ ਸੀ ਪ੍ਰਾਈਵੇਟ ਪਾਰਟ 'ਚ ਜੀ। ਸਾਨੂੰ ਪਤਾ ਜੀ, ਸਾਰੇ ਪਿੰਡ ਨੂੰ ਵੀ ਪਤਾ, ਕੋਈ ਚਿੱਟਾ ਨਹੀਂ ਲਾਉਂਦਾ ਜੀ ਉਹ। ਪਰ ਸਾਨੂੰ ਜਿਹੜੇ ਬੰਦੇ 'ਤੇ ਸ਼ੱਕ ਹੈ ਜੀ, ਜਿਹੜੇ ਬੰਦੇ ਨਾਲ ਮਿਲਿਆ ਸੀ 6 ਵਜੇ ਜੀ, ਉਹਦਾ ਨਾਂ ਜੱਸੀ ਹੈ ਜੀ, ਪਿੰਡ ਮਾਹੀ ਨੰਗਲਾ ਜੀ। ਉਹ ਵੀ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਜੀ। ਪਰ ਪੁਲਿਸ ਸਾਡੀ ਕੋਈ ਕਾਰਵਾਈ ਕਰਨ ਲਈ ਤਿਆਰ ਨਹੀਂ। ਅਸੀਂ ਪਰਚਾ ਵੀ ਕਰਾਉਣ ਗਏ ਸੀ, ਸਾਡਾ ਕੋਈ ਵਾਸਤੇ ਤਿਆਰ ਨਹੀਂ ਹੈਗੇ ਜੀ ਸਾਡੇ। ਹੁਣ ਮਤਲਬ ਜਿਹੜਾ ਤੇਰਾ ਭਰਾ ਹੈ ਉਹ ਵਿਆਹਿਆ ਹੋਇਆ? ਹਾਂਜੀ ਹਾਂਜੀ, ਮੇਰਾ ਭਰਾ ਵਿਆਹਿਆ ਹੋਇਆ ਜੀ। ਉਹਦੇ ਇੱਕ ਇੱਕ ਜਵਾਕ ਹੈ ਜੀ, ਮੁੰਡਾ ਜੀ। ਹੁਣ ਮੰਗ ਕੀ ਕਰਦੇ ਹੋ ਤੁਸੀਂ? ਮੰਗ ਜੀ, ਜਿਹੜਾ ਮੁੰਡਾ ਸਾਡੇ ਘਰ ਲੈ ਗਿਆ ਉਹ ਤੇ ਕਾਰਵਾਈ ਹੋਵੇ ਜੀ, ਆਪੇ ਪਤਾ ਕਰੇ ਪੁਲਿਸ ਵਿਭਾਗ ਕੀ ਹੋਇਆ ਮੇਰੇ ਭਰਾ ਨਾਲ। ਨਾ ਹੁਣ ਪੁਲਿਸ ਨੂੰ ਤੁਸੀਂ ਬਿਆਨ ਵਗੈਰਾ, ਲਾਸ਼ ਕਿੱਥੇ ਪਈ ਹੈ? ਲਾਸ਼ ਸਿਵਲ ਹਸਪੀਟਲ ਚ ਪਈ ਹੈ ਜੀ, ਸਟਾਫ ਲੈ ਕੇ ਆਏ ਸੀ ਉੱਥੇ ਚੱਕ ਕੇ ਜੀ। ਹਾਂ, ਤੇ ਹੁਣ ਪੁਲਿਸ ਕੀ ਕਹਿੰਦੀ ਹੈ ਤੁਸੀਂ ਮਿਲੇ ਹੋ? ਪੁਲਿਸ ਸਾਨੂੰ ਉਲਝ ਬਰੰਗਿਆਂ ਚ ਪਾਈ ਜਾਂਦੀ ਹੈ ਜੀ। ਕਦੇ ਕੁਛ ਕਹਿੰਦੀ ਹੈ, ਕਦੇ ਕੁਛ, ਕਦੇ ਕਹਿੰਦੀ ਸਾਨੂੰ ਐਂ ਕਹੋ ਵੀ ਉਹਨੇ ਮਾਰਿਆ ਜੀ, ਜੱਸੀ ਨੇ ਜੀ। ਕਦੇ ਕਹਿੰਦੀ ਹੈ ਵੀ ਜਿਹੜੇ ਬੰਦਿਆਂ ਨੇ ਦੇਖਿਆ ਉਹਨਾਂ ਨੂੰ ਲੈ ਕੇ ਆਓ ਜੀ। ਜਦੋਂ ਇਸ ਸਬੰਧ ਦੇ ਵਿਚ ਥਾਣਾ ਮੁਖੀ ਤਲਵੰਡੀ ਸਾਬੋ ਸਰਬਜੀਤ ਕੌਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਮਾਹੀ ਨੰਗਲ ਦੇ ਰਜਵਾਹੇ ਲਾਗਿਓ ਇਕ ਡੈਡ ਬਾਡੀ ਮਿਲੀ ਹੈ ਤੇ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਤੇ ਉਹ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ, ਸਾਨੂੰ ਕਿ ਬਰਜਿੰਦਰ ਸਿੰਘ ਇਲੀਅਸ ਕਾਲੂ ਪੁੱਤਰ ਜਸਪਾਲ ਸਿੰਘ ਦੀ ਡੈਡ ਬਾਡੀ ਮਿਲੀ ਸੀਗੀ, ਜਿਸ ਸੰਬੰਧੀ ਜਸਪਾਲ ਸਿੰਘ ਨੇ ਪਹਿਲਾਂ ਸਾਨੂੰ ਸਟੇਟਮੈਂਟ ਲਿਖਾਈ ਸੀਗੀ ਵੀ ਅਸੀਂ 174 ਦੀ ਕਾਰਵਾਈ ਕਰਵਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਗੱਲ ਸਾਹਮਣੇ ਆਈ ਹੈ ਜੀ ਵੀ ਉਹਨਾਂ ਨੇ ਸ਼ੱਕ ਜ਼ਾਹਿਰ ਕੀਤਾ ਵੀ ਜਿਹੜਾ ਸੋਨੀ ਸਿੰਘ ਇਲੀਅਸ ਜੱਸੀ ਪੁੱਤਰ ਗੁਰਮੇਲ ਸਿੰਘ ਆ ਵੀ ਸਾਡੇ ਬੇਟੇ ਨੂੰ ਘਰੋਂ ਲੈ ਕੇ ਗਿਆ ਸੀ ਤੇ ਸਾਨੂੰ ਉਹਦੇ ਤੇ ਸ਼ੱਕ ਆ ਵੀ ਸ਼ਾਇਦ ਸਾਡੇ ਬੇਟੇ ਨੂੰ ਉਹਨੇ ਮਾਰਿਆ ਗਾ ਜਾਂ ਕੁੱਟਮਾਰ ਕਰਕੇ ਮਤਲਬ ਉਹਦੀ ਡੈਥ ਹੋਈ ਆ। ਉਸ ਸੰਬੰਧੀ ਅਸੀਂ FIR ਰਜਿਸਟਰ ਕੀਤੀ ਹੈ ਜੀ, ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਅਸੀਂ ਮਤਲਬ ਵੱਖ ਵੱਖ ਟੀਮਾਂ ਬਣਾ ਕੇ ਗ੍ਰਿਫਤਾਰੀ ਕਰ ਲਾਂਗੇ ਜਲਦ ਤੇ ਬਾਕੀ ਜਿਹੜੇ ਹੈਗੇ ਉਹਦੀ ਗ੍ਰਿਫਤਾਰੀ ਤੋਂ ਬਾਅਦ ਆਪਾਂ ਨੂੰ ਖੁਲਾਸਾ ਹੋਊਗਾ ਵੀ ਕੀ ਕਾਰਨ ਕਰਕੇ ਉਸਦੀ ਮੌਤ ਹੋਈ ਹੈ। ਡੈਡ ਬੋਡੀ ਨੂੰ ਦੇਖ ਕੇ ਮੁੱਢਲੇ ਪੁੱਛਗਿੱਛ ਤੁਹਾਨੂੰ ਦੇਖੀ ਹੋਊ, ਕੀ ਲੱਗਦਾ ਤੁਹਾਨੂੰ? ਡਾਕਟਰ ਸਾਹਿਬ ਨੇ ਪੋਸਟਮਾਰਟਮ ਕੀਤਾ ਜੀ, ਉਹਨਾਂ ਦੀ ਰਿਪੋਰਟ ਤਾਂ ਆਪਾਂ ਨੂੰ ਵੈਰੀਫਾਈ ਹੋ ਜਾਊਗਾ ਵੀ ਡੈਥ ਦਾ ਰੀਜਨ ਕੀ ਸੀਗਾ। ਕਤਲ ਦਾ ਮਾਮਲਾ ਦਰਜ ਕਰਿਆ? ਅਸੀਂ ਇੱਕ ਵਾਰ FIR ਰਜਿਸਟਰ ਕਰਤੀ ਹੈ ਜੀ 105 VNS ਦੇ ਵਿੱਚ। ਭਾਲ ਜਾ ਰਹੀ ਹੈ? ਹਾਂਜੀ, ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੇ ਵਿਚ ਪਰਿਵਾਰਕ ਮੈਂਬਰਾਂ ਵੱਲੋਂ ਜਤਾਏ ਗਏ ਕਤਲ ਦੇ ਸ਼ੱਕ ਦੇ ਆਧਾਰ ਤੇ ਉਪਰ ਪੁਲਿਸ ਦੇ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾਂਦੀ ਹੈ ਤੇ ਕਦੋਂ ਤੱਕ ਇਸ ਮਾਮਲੇ ਨੂੰ ਸੁਲਝਾਇਆ ਜਾਂਦਾ। ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ VK ਬਹਿਲ ਦੀ ਰਿਪੋਰਟ।